ਖਾਨ ਅਲੀ ਇਮਰਾਨ ਸਾਹਿਬ ਔਰ ਮੁਲਕ ਦੇ ਜ਼ਾਕਿਰ ਖਿਤਾਬ ਕਰਸਨਗੇ ਸਾਰੇ ਮੁਮਿਨਿਨ ਬਾਈ ਸਫਰ ਨੂੰ ਮਜਲਿਸ ਸ਼ਾਮਿਲ ਹੋ ਕੇ ਸਵਾਬ ਦਰਾਇਨ ਹਾਸਲ ਕਰਿਆ 27-28 ਸਫਰ 61 ਚੱਕ ਦਰੋੜ ਮਜਲਿਸ ਇਜ਼ਾ ਹੋ ਰਹੀ ਹੈ ਜਿਹਦੇ 'ਚ ਇਮਰਾਨ ਹੈਦਰ ਕਾਜ਼ਮੀ ਸਾਹਿਬ ਅਲੀ ਰਜ਼ਾ ਖੋਖਰ ਸਾਹਿਬ ਮਲਕ ਮੋਹਸਨ ਰੁਕਨ ਸਾਹਿਬ ਔਰ ਇਲਾਮਾ ਹਮਦ ਰਜ਼ਾ ਸੁਲਤਾਨੀ ਸਾਹਿਬ ਔਰ ਮੁਲਕ ਦੇ ਜ਼ਾਕਿਰ ਕਿਤਾਬ ਕਰਸਨਗੇ ਸਾਰੇ ਮੁਮਿਨਿਨ ਮਜਾਲਸ ਮੇ ਸ਼ਿਰਕਤ ਫਰਮਾ ਕੇ ਸਵਾਬ ਦਰਾਇਨ ਹਾਸਲ ਕਰੇ ਮੁਮਿਨਿਨ ਕਰਾਮ ਇੱਕ ਐਲਾਨ ਇਹ ਹੈ ਕਿ ਮੇਰਾ ਮਲੰਗੇ ਭਰਾਏ ਰਜੋਏ ਦੇ ਨਾਲ ਇਹਨਾਂ ਦਾ ਪਿੰਡ ਹੈ ਮੈਂ ਮਜਲਿਸ ਪੜਨ ਗਿਆ ਇਹਨਾਂ ਜਸ਼ਨ ਪੜਾਇਆ ਇਹ ਉੱਥੇ ਇਮਾਮ ਵਰਗਾ ਮੌਲਾ ਦਾ ਬੜਾ ਸੋਹਣਾ ਬਣਾ ਰਹੇ ਨੇ ਅਤੇ ਇਹਨਾਂ ਦੀ ਬੜ ਚੜ੍ਹ ਕੇ ਖਿਦਮਤ ਕਰਿਆ ਕਿਉਂਕਿ ਹਰ ਬੰਦਾ ਆਪਣੇ ਵਾਸਤੇ ਪਿੰਡਾ ਨਹੀਂ ਕੋਈ ਬੰਦੇ ਉਹ ਵੀ ਹੁੰਦੇ ਨੇ ਜਿਹੜੇ ਮੌਲਾ ਹੁਸੈਨ ਦੇ ਘਰ 'ਤੇ ਖਰਚ ਕਰਿੰਦੇ ਨੇ ਅਤੇ ਇਹਨਾਂ ਦੀ ਬੜ ਚੜ੍ਹ ਕੇ ਖਿਦਮਤ ਕਰਿਆ ਪਰ ਮੁਹੰਮਦ ਵਾਲੇ ਮੁਹੰਮਦ ਸਲਵਾਤ ਸਲੇ ਅਲਾ ਮੁਹੰਮਦ ਇਨ ਵਾਲੇ ਮੁਹੰਮਦ ਨਸੀਬ ਹੋਵੀ ਖੁਦਾ ਚੁਮਾਵੀ ਸ਼ਹੀਦ ਕਰ ਵੋ ਬਲਾ ਦਾ ਰੋਜ਼ਾ ਮੈਂ ਦੁਆ ਕਰਨ ਲੱਗਾ ਤੁਹਾਡੇ ਹੱਕ 'ਚ ਤੁਸਾਂ ਸਾਰਿਆਂ ਮਾਤਮੀਆਂ ਦੇ ਹੱਕ 'ਚ ਜਿਹੜੇ ਗਏ ਨੇ ਮਾਲਿਕ ਦੁਬਾਰਾ ਲੈ ਜਾਵੇ ਜਿਹੜੇ ਹੁਣ ਗਏ ਉਹਨ ਮਾਲਿਕ ਇੱਜ਼ਤ ਨਾਲ ਵਤਨ ਲੈ ਆਵੇ ਮੈਂ ਪਿਆਦਾ ਨਸੀਬ ਹੋਵੀ ਖੁਦਾ ਚੁਮਾਵੀ ਸ਼ਹੀਦ ਕਰ ਵੋ ਬਲਾ ਦਾ ਰੋਜ਼ਾ ਬਈ ਫਰਿਆਦ ਨਸੀਬ ਹੋਵੀ ਖੁਦਾ ਚੁਮਾਵੀ ਸ਼ਹੀਦ ਕਰ ਵੋ ਬਲਾ ਦਾ ਰੋਜ਼ਾ ਮਗਰ ਅਕੀਦਤ ਦੇ ਨਾਲ ਚੁੰਮਦੇ ਹੁਸੈਨ ਗਾਜ਼ੀ ਬਿਰਾ ਦਾ ਰੋਜ਼ਾ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਨਸੀਬ ਹੋਵੀ ਖੁਦਾ ਚੁਮਾਵੀ ਸ਼ਹੀਦ ਕਰ ਵੋ ਬਲਾ ਦਾ ਰੋਜ਼ਾ ਮਗਰ ਅਕੀਦਤ ਦੇ ਨਾਲ ਚੁੰਮਦੇ ਹੁਸੈਨ ਗਾਜ਼ੀ ਬਿਰਾ ਦਾ ਰੋਜ਼ਾ ਵਤਨ ਵਾਲੇ ਉਹ ਜਿਗਰ ਮੁਹਿੱਬਾਂ ਦੇ ਠਾਰ ਦਿੰਦੇ ਨਜਫ ਅਲੀ ਮੁਰਤਜ਼ਾ ਦਾ ਰੋਜ਼ਾ ਉਹ ਜਿੰਦੇ ਜੰਨਤ ਕੋ ਦੇਖਣੀ ਆ ਦੇਖ ਮੌਲਾ ਰਜ਼ਾ ਦਾ ਰੋਜ਼ਾ ਵਾਹ ਵਾਹ ਸੁਭਾਨ ਅੱਲਾ ਸੁਭਾਨ ਅੱਲਾ ਮਲਕ ਦਵੇ ਹੱਥੂ ਚੇ ਨਾਰਾ ਮਰੇ ਸੇ ਦਵਾਰੀ ਕਰੇ ਸੇ ਹੈ ਗਰੀ ਇਹ ਭਾਈ ਦੇ ਮੈਂ ਜਿਹੜੀ ਗੁਜ਼ਾਰਿਸ਼ ਕੀਤੀ ਜ਼ਰੂਰ ਮਦਦ ਕਰਿਆ ਇੱਕ ਤਾਂ ਭਾਈ ਦੀ ਨੂੰ ਸੁਣਾਉਣ ਵਾਸਤੇ ਸਾਡੇ ਬਲੋਚ ਬਿਰਾਨ ਅਤੇ ਮੁਲਕ ਇਹ ਬੜਾ ਪਿਆਰਾ ਜਿਹਾ ਨਾਮ ਹੈ ਅਸਾਂ ਇਹਨਾਂ ਦੇ ਅਜ਼ੀਜ਼ ਹੈ ਇਹਨਾਂ ਦੀ ਕੌਮ ਦੇ ਹੈ ਅਸੀਂ ਵੀ ਮੁਲਕ ਦੇ ਵਿੱਚ ਡਿਊਟੀਆਂ ਜਿੱਥੇ ਜਿੱਥੇ ਹੋਵੇ ਇਲਾਕੇ ਵਿੱਚ ਹੁੰਦੀਆਂ ਹਨ ਹਰ ਇੱਕ ਕਲੀ ਤੇਰੇ ਦਰ ਪੇ ਚਟਕਦੀ ਹੋਈ ਦੇਖੀ ਮੌਲਾ ਰਜ਼ਾ ਦੇ ਰੋਜ਼ੇ ਦੀ ਜਿਹੜਾ ਬੰਦਾ ਜ਼ਿਆਰਤ ਕਰ ਆਇਆ ਉਹ ਮੇਰੀ ਗੱਲ ਦੀ ਤਾਈਦ ਕਰ ਸਕ ਜਿਹੜਾ ਨਹੀਂ ਗਿਆ ਜਦੋਂ ਕਰ ਆਇਆ ਵਾ ਤੋ ਤੋ ਚੱਕਰੇ ਹਰ ਇੱਕ ਕਲੀ ਤੇਰੇ ਦਰ ਪੇ ਚਟਕਦੀ ਹੋਈ ਦੇਖੀ ਔਰ ਅਦਲ ਕੀ ਜ਼ੰਜੀਰ ਤੇਰੇ ਦਰ ਪੇ ਲਟਕਦੀ ਹੋਈ ਦੇਖੀ ਔਰ ਅਦਲ ਕੀ ਜ਼ੰਜੀਰ ਤੇਰੇ ਦਰ ਪੇ ਲਟਕਦੀ ਹੋਈ ਦੇਖੀ ਜੰਨਤ ਕਾ ਮੁਝੇ ਸ਼ੌਕ ਨਹੀਂ ਆਏ ਵਾਲੀ ਏ ਮਸ਼ਹਦ ਜੰਨਤ ਤੇਰੀ ਗਲੀਓ ਮੇ ਭਟਕਦੀ ਹੋਈ ਦੇਖੀ ਕਿਆ ਬਾਤ ਹੈ ਕਿਆ ਬਾਤ ਹੈ ਦਰੀ ਜਨਾਬ ਇੰਤਹਾਈ ਵਾਜਿਬ ਉਲ ਕਦਰ ਹਰ ਦਿਲ ਅਜ਼ੀਜ਼ ਸ਼ਖਸੀਅਤ ਜ਼ਾਕਰ ਅਹਿਲੇ ਬੈਤ ਕਾਰੀ ਉਲ ਕਸਾਇਦ ਸ਼ਹਿਨਸ਼ਾਹ ਜ਼ਿਕਰ ਮਸਾਇਬ ਇੱਜ਼ਤ ਮਾਪ ਜਨਾਬ ਗੁਲਾਮ ਅਸਗਰ ਬਲੋਚ ਸਾਹਿਬ ਉਹਨਾਂ ਦੀ ਆਮਦ ਆਪਣੀ ਆਪਣੀ ਦੁਆਵਾਂ ਦੀ ਕਬੂਲੀਅਤ ਭਾਈ ਹਸਨ ਦੀ ਔਲਾਦ ਨਰੀਨਾ ਵਾਸਤੇ ਬਾਬਾ ਜ਼ੇ ਬੁਲੰਦ ਸਲਵਾਤ ਮਿਹਰਬਾਨੀ ਜਨਾਬ ਮੌਲਾ ਸਲਾਮ ਯਾ ਹੁਸੈਨ ਵਾਲਾ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਲਹਮਦੁਲਿਲਾਹ ਰੱਬਿਲ ਆਲਮੀਨ ਰਹਿਮਾਨਿ ਰਹੀਮ ਮਾਲਿਕ ਯੌਮਿਦ੍ਦੀਨ ਇਯਾਕਾ ਨਅਬਦੂ ਵਇਯਾਕਾ ਨਸਤਾਈਨ ਇਹਦਿਨ ਸਿਰਾਤੁਲ ਮੁਸਤਕੀਮ ਸਿਰਾਤੁਲ ਲਜ਼ੀਨਾ ਅਨਮਤਾ ਅਲੈਹਿਮ ਗੈਰੁਲ ਮਗਜ਼ੂਬ ਅਲੈਹਿਮ ਵਲਜ਼ਾਲੀਨ ਅੱਲਾ ਹਾਫਿਜ਼ੀ ਮੁਹੰਮਦ ਵ ਮਾਮੀ ਵ ਅਲੀ ਓ ਖਲਫੀ ਵਲ ਫਾਤਿਮਤ ਫੋਕਰ ਰਾਸੂਲ ਵਲ ਹਸਨ ਜਮੀਨੀ ਵਲ ਹੁਸੈਨ ਯਸਾਰੀ ਹ ਉਲਾ ਇਹ ਸਾਰੀ ਸਾਰੋ ਅਖਲੀ ਵ ਮਾਲੀ ਵਜਰਾਨੀ ਵਜਦਾਰੀ ਬਬਿਰ ਅਹਮਦੀ ਗਯਾਰ ਹਮਰ ਰਾਹਿਮੀਨ ਰਬਸਲ ਅਲਾ ਮੁਹੰਮਦ ਵਾਲ ਮੁਹੰਮਦ ਇਲਾਹੀ ਇਬਾਦਤ ਕਬੂਲ ਫਰਮਾ ਹਰ ਬੰਦਾ ਕੋਸ਼ਿਸ਼ ਕਰੇ ਆਮੀਨ ਆਖੇ ਮੇਰੇ ਅੱਲਾ ਜਿਤਨੇ ਵੀ ਹੁਸੈਨ ਬਾਦਸ਼ਾਹ ਦੇ ਅਜ਼ਾਦਾਰ ਜਿਤਨੇ ਕਦਮ ਚੱਲ ਕੇ ਆਏ ਮਾਲਿਕ ਅੱਲਾ ਹਰ ਕਦਮ ਇਬਾਦਤ ਅਜ਼ੀਮ ਹੀ ਸ਼ੁਮਾਰ ਜਿਹਨੇ ਮੁਮਨੀਨ ਮੇਰੇ ਜ਼ਿੰਮੇ ਦੁਆਈ ਲਾਈਆਂ ਮੇਰੇ ਅੱਲਾ ਗਰਨੇਕ ਹੈ ਇਸ ਪਾਕ ਜ਼ਿਕਰ ਦਾ ਸਦਕਾ ਮੁਸਜਾ ਫਰਮਾ ਬਿਲਖਸੂਸ ਜੋ ਮੁਮਨੀਨ ਬੇ ਔਲਾਦ ਹੈ ਹੁਸੈਨ ਰੁਕਈਏ ਦੇ ਛੇ ਪੁੱਤਰਾਂ ਦਾ ਸਦਕਾ ਮਾਲਿਕ ਉਹਨਾਂ ਦੀਆਂ ਝੋਲੀਆਂ ਬਾਦ ਫਰਮਾ ਮੇਰੇ ਅੱਲਾ ਜਿਨ੍ਹਾਂ ਨੂੰ ਪੁੱਤਰ ਦਿੱਤੇ ਨਹੀਂ ਹੁਸੈਨ ਬਾਦਸ਼ਾਹ ਦੇ ਯੂਸਫ ਦਾ ਸਦਕਾ ਉਹਨਾਂ ਦੀਆਂ ਜ਼ਿੰਦਗੀਆਂ ਦਰਾਜ਼ ਫਰਮਾ
مالک اللہ بانیاں نے مجلس جرس کے اضافہ فرما، ہر آمن علی دکھ تکلیف مصیبت تو محفوظ فرما۔ دعا ہے اس نازک دور چ ماں حسین دی تن کسے کمینے دا محتاج نہ کرے، اور دعا منگو مولا ایسی اسباب پیدا کرے اس تمام شیعہ ہک ذہن ہو کے ہک پلیٹ فارم تے جمع ہوئیے۔ مولا سانو اتفاق و اتحاد نصیب فرما۔ آخری دعا ہے، جڑے بندے آمین نہیں آکھی اس دعا تے سارے آمین آکھنا۔ مالک اللہ سا وارث دے ہوندے بے وارث ہیں، ساڈے حقیقی وارث حقیقی بقیت اللہ حجت اللہ امام زمانہ علیہ السلام دا ظہور جب فرما، ماشاء اللہ ایسی خلوص علی سلوات ہوئے جو سارے اداداراں دیا دعاواں قبول ہو جائیں۔ آباد و سلامت رہو۔ تواڈے حسین چہرے دی زیارت نصیب ہو گئیاں، بانیان دے نال وعدہ وفا ہو گیا۔ کوشش ہے آل محمد دی بارگاہ دے وچ اس سارے مل کے ایسا نذرانے عقیدت پیش کریے جو ساڈے تے ماں حسین دی راضی ہو کے جاوے۔ اے ذکر عظیم ہے، کوئی بولے تاں بھی عبادت ہے، کوئی نہ بولے او دا بہ جانا عظیم عبادت ہے۔ میں اپنے عشق دی نماز پڑھنی ہے، تس اپنے عشق دی نماز پڑھنی ہے۔ ممبر حسین تے کھڑا پوری ذمہ واری نال گزارش کر رہا، جڑی زبان ہے اس دنیا تے آل محمد دے حق چ بولی ہے، بولیا نہ بولیا تھوڑے مزاج دی بات ہے، جڑی زبان بسم اللہ کرا جی، یا علی رضا، جڑی زبان بسم اللہ کرا جی، یا علی رضا، مہربانی جی، جڑی زبان ہے اس دنیا تے آل محمد دے حق چ بولی ہے، بد یاد رکھے قبر تو لے کے لواء الحمد سائے تک وہ نہ بولے سی او دی ذات، یا علی بول سی یا علی دے یارا پتر بولے سی، باڑی زندگی دراز ہوے جی۔ چار سطراں تو میں اپنے عشق دی نماز شروع کرن لگا، پھر انہاں چار سطراں تو ہی فیصلہ کردے ہیں تسا کتنا سننا ہے، مینوں کتنا پڑھنا چاہیے۔ ماشاء اللہ جناب دے ذہن تیار ہیں تو خوبصورت میں سترہ جناب دے حوالے کرن لگا۔ جنت سے مہکدار ہے گلشن حسین کا، شاباش جس بندے دا ہاتھ بلند ہوئے، میری دعا ہے انشاءاللہ کسے کمی نہیں دے کے چھکا نہ ہوئے بھائی۔ جنت سے مہکدار ہے گلشن حسین کا، پھر سنو، جنت سے مہکدار ہے گلشن حسین کا، جس میں جہاں سمائے وہ دامن حسین کا۔ شاباش شاباش، ماں بسم اللہ کرنا جی، ماں حسین بھی تم اس دے رکھے جی، بسم اللہ کرنا۔ جنت سے مہکدار ہے گلشن حسین کا، جس میں جہاں سمائے وہ دامن حسین کا، اعجاز خود رسول کی اپنی نماز سے مسجد میں کھیلتا رہا بچپن حسین کا۔ پڑھیا زندگی ہوئیں جی، یا اس اللہ دی پوری کائنات دے وچ جدو بھی کوئی بندہ نیک عمل کر دے اس واسطے کر دے جو اللہ راضی ہو جاوے منو جنت مل جاوے، بولو، پنجگانہ نماز ادا کر دے جو اللہ راضی ہو جاوے منو جنت مل جاوے، لکھا روپے خرچ کر کے بندہ حج پڑھن ویندے جو اللہ راضی ہو جاوے منو جنت مل جاوے، حقوق اللہ حقوق العباد ادا کر دے جو اللہ راضی ہو جاوے منو جنت مل جاوے۔ میں آدھا یاد رکھ، اے عمل سبب ہیں جنت دا، لیکن فقط ان عملوں تے تینوں جنت نہیں لبنی۔ چلو جڑا بندہ حیران ہو گیا، جس بندے دی تھوڑی پریشانی ہوئی ہے، میں تھوڑی بات واضح کر دیواں، فقط نماز تے جنت نہیں بھائی، نماز قبول ہے تو جنت ہے۔ صادق امام نے فرمایا جس بندے دی نماز قبول ہے اودے سارے عمل قبول ہیں، تو معلوم ہویا نماز قبول ہے تو جنت لبڑی ہے۔ جڑا بندہ پریشانی ڈبیا بیٹھا ہے بھائی، کربلا دے میدان وچ نماز عمر ابن سعد دی فوج نہیں پڑھی ہے، نماز امام حسین بادشاہ دے پیچھے بھی بندے پڑھی ہے، تو بولو میں نے سے گل دا جواب دیو، قبول کہندی ہے جڑی وقت دی حجت دے پیچھے پڑھی گئی ہے۔
تو معلوم ہویا نماز قبول ہے تو جنت لبڑی ہے، حج قبول ہے تو جنت لبڑی ہے، روزہ قبول ہے تو جنت لبڑی ہے. اگر تو چاہندا ہے اے عمل سارے قبول ہو جاویں، آ انہاں دی قبولیت دا سبب میں تینوں دساواں. کوئی مننے نہ مننے، ہر بندے دے دل دی بات ہے. پھل دے بری کا راستہ سیدھا حسین ہے. کیا بات ہے بھائی، کیا بات ہے بھائی. بسم اللہ کرا، ہاتھ اٹھے، ہائے بسم اللہ کرا جی، تواڈیاں نال سلام باد ہوئے. بسم اللہ کرا، کھل دے بری کا راستہ سیدھا حسین ہے. اللہ و نبی حسن کا قصیدہ حسین ہے. مومنوں مجھ کو پاک محمد کی ہے قسم، اللہ کے ہر نبی کا عقیدہ حسین ہے. تواڈی نسلاں دی خیر ہو جائے جی. بسم اللہ کرا، آواز کھچتے پہ تھوڑا جہا آواز. تھوڑی زندگی دراز ہو ان شاء اللہ. اے بائی سفر بشرط زندگی، اے چونٹ چک ہے نا، یہ چونٹ چک ان شاء اللہ ضرور حاضری ہو سی جی. وہ میں پہلے ڈیری ویکھی نہیں، تاں واسطے تھوڑا جہا میں کنفیوز ہو گیا. میں ڈیری ویکھی تو بالکل بائی ندیم دے حوالے دے نال مجلس لکھی پئی، ان شاء اللہ ضرور حاضری ہو سی. تے پڑھنا کتنے بجے ہوں، میں اتنے لا نہیں کر دیواں، چار تو پانچ ہی ان شاء اللہ پڑھ سکتے. ٹھیک ہے جی، راضی. بابا دے بلند سلوات پڑھو جی. اعوذ باللہ اشرف الانبیاء والرسول المسدد والمصطفى الامجد والمحمود الاحما سيدنا ونبينا وشفيع ذنوبنا وطبيب قلوبنا وبالكاظم محمد عباس تاجدار وفا ارجمند ہے. بسم اللہ کراں، سرکار وفا باب الحویج دی عظمت دی اچار سترہ. ابا ستاجدار وفا ارجمند ہے، ایسے خدا پسند خودی کو پسند، ایسے خدا پسند
खुदी को पसंद है आधा पिया पंजे आलम पे नस्म है दुनिया ये देख ले गाजी के हाथ कट के भी कितने बुलंद आबादो सलामत रहो जी तुहाडियां जिंदगियां होवें इमाम हुसैन बादशाह तुहानू उस दे रखे कसीदा मैं सरकारे वफा दी उज़मत दा जनाब नू सुनावां क्योंकि जनाब अब्बास बाबुल हवाइजिन जदों भी अकीदे वाला जिहड़ा आजाद आ रहे जदों भी उसदे कोई मुश्किल वक्त आंदा है कोई मुसीबत आंदी है कोई परेशानी आंदी है तो सरकारे वफा दे अलम तले जा के सदुआ मंगदे हैं क्योंकि साढ़े वास्ते बहुत बड़ा वसीला है सरकारे वफा दा अलम क्योंकि सरकारे वफा बाबुल हवाइजिन और बाबुल हवाई दा वास्ता खालिक कदी रद्द नहीं करेंदा भई असा अलम तले जाके दुआवां मंगदे हैं ना मन्नतां देने हैं ना तो फिर आजादारां दियां मन्नतां पूरियां हो वेंदियां दुआवां कबूल हो वेंदियां तो मालूम हो गया अगर सरकारे वफा दे अलम तले पहुँच गए हो तो इंज समझो तुहाडी दुआ खुदा तक पहुँच गई है ए खुदा तक अपनी दुआ पहुँचावण दा साढ़े कोल बहुत बड़ा वसीला है सरकारे वफा ठीक है ना जी दूसरे लफ्जों के सफारिश है सरकारे वफा खालिक दी बारगाह दे विच बहुत बड़ी सफारिश दा नाम है अब्बास तो मैं सरकारे वफा दी उज़मत दा जनाब नू कसीदा सुनावा क्योंकि सफर भी रात दिन है लेकिन मेरा दिल बन गया है जो अज मैं एक कसीदा कल्या जनाब नू सुनवा देवा ठीक है जी अलमाले सरकार दा बहुत ही प्यारा जिहा कसीदा तकरीबन मैं कोई तीसरी चौथी वार ही पढ़न लगा बड़ा नवा जिहा और प्यारा जिहा कसीदा है ज्यादा जी पढ़िए कसीदा है अलम वाला बड़ा मुश्किल कुशा है क्या बात है भाई बिस्मिल्लाह करा तुहाडी ना सलाह बात हो भाई बिस्मिल्लाह करा बड़िया दिन यह अलम वाला बड़ा मुश्किल कुशा है अलम वाला बड़ा मुश्किल कुशा है जेड़ा बंदा हाथ बद्दी बैठा है ना मैं फर्दे सानी पढ़नी है फिर मैं हर चेहरे ते निगाह करे सा केड़ा बंदा है जेड़ा चुप दा बादशाह बन के सुन दा बैठे है लो सर चावे फरदेसानी सुने फिर वजन करी दे लाकी दा बोली वगरना मिन्नत आली दाद नहीं चाहिए अलम वाला बड़ा मुश्किल कुशा है बिना हाथों के भी ये बांधता है हाय हाय क्या बात है क्या बात है भाई हाथ किसे कमी नहीं देके छिके न होवे जेड़े जिक्र दी दाई वास्ते उठे बिस्मिल्लाह करा दुनिया दराज होवे आबाद सलामत रहो या अली अलैहि सलाम सलाम तुसा जियो तुहाडियां दुनिया दराज होवे आबाद सलामत रहो अलम वाला बड़ा मुश्किल कुशा है पाक सैयदा ने नमाज तहज्जुद विच दो अनमोल चीज़ा खाले के कैनात तू मंगिया तब जो है मेरे ले पासे नाज़े में मेंबर मेरे भाई जान तशरीफ फरमाए खाले के कैनात नू पाक सैयदा ने खाले के कैनात तू दो अनमोल चीज़ा मंगिया नमाज तहज्जुद विच मंगिया या अलमदार मंगिया है या आजादार मंगिया तुहाडी अदनी अदराद होवे आओ डसावां ए पाक सैयदा दी दुआ दा सरन लो सर चाओ मैं शेर पढ़न लगा जिसे जहरान है सजदों में मांगा क्या बात है क्या बात है भाई कुछ भी लग रहा थोड़ी जिंदगी दरा दो मैं जिसे जहरान है सजदों सजदों में मांगा
علی کے گھر علی نازل ہوا ہے. کیا بات ہے بھائی, کیا بات ہے بھائی, تو نہیں نسل نہیں خیر ہوئے بھائی. آباد و سلامت رہو. ماشاءاللہ ہر آزادار جڑا قیدی والا آزادار ہے وہ اپنے گھر دے سرکار وفا دا علم لیند ہے. بھلے جنہاں دے گھر دیاں چھتاں دے سرکار وفا دا علم, ایک واری ہاتھ کھڑا کرو. ماشاءاللہ سارے آزاداراں دی گھر دی چھتاں دے سرکار وفا دا علم ہے. صاحب کہنا دی قیمت دیاں 17 جناب دے حوالے کرن لگا. وہ گھر زہرا کو لگتا ہے جس گھر پہ علم لہرا رہا ہے. کیا بات ہے, مالک تہاڈیاں زندگیاں دراز فرماوے بھائی. بسم اللہ کرا تہاڈیاں جوانیاں سلامت ہوے. تہاڈی زندگی دراز ہوئے. امام حسین بادشاہ تو نو سلامت رکھے. قصیدہ میں امام حسین بادشاہ دی عظمت جناب نو سناواں. اللہ دی پوری کائنات میرے آقا حسین دی ممنون ہے. چاہے جس مسلک نال ہی کوئی بندہ تلک رکھ دے, وہ گھر چ وندے, انہوں ماں دھی بہن بیوی دے رشتے دی تمیز ہے, پھر وہ شکریہ ادا کرے میرے آقا حسین دا. جس محسن کائنات نے سنوں ان رشتے دی تمیز دسائیے, تو ایسے محسن انسانیت محسن شرافت دی عظمت دا میں جناب نو ایک پیارا جے قصیدہ سناون لگا ہے. اجازت جی پڑھیے قصیدہ. رانو ماواں دیدار ہیں دے سب رانو حسین آکھ دے, رانو ماواں دیدار ہیں دے سب رانو حسین آکھ دے, رانو ماواں خاموشی ہونے ترٹ جانی ہے. جڑے بندے حیران ہو کے بیٹھے تھوڑی توجہ میرے والے پاسے. زندگی زندگی نا امید ہو جاتی, زندگی نا امید ہو جاتی, بت پرستی جدید ہو جاتی, سر نہ دیتے گر حسین ابن علی ساری دنیا یزید ہو جاتی. شاباش شاباش, انہاں ہتھاں دی خیر ہوے بھائی. یہ ہاتھ کسے کمی نے دے کے جھکے نہ ہون جلے ذکر دیتا ہی واسطے. کربلا میں خریدی حسین نے, دنیا و آخرت میں کر رہنا ہو چین سے, جینا علی سے سیکھو مرنا حسین سے. مالک دوڑی زندگی دراز فرم. بسم اللہ کرا جی, آباد و سلامت رہو جی. بسم اللہ کرا, مالک توفیق آتے خیر اضافہ فرماوے جی. آباد و سلامت رہو. رانو ماما دی دارین دے سر بارانو حسین آکھ دے, دے
آو جی بسم اللہ بسم اللہ بابا جی بسم اللہ بابا جی ਤੁਹਾਡੀ ਇਹ ਪਸੰਦੀਦਾ ਸ਼ਖਸੀਅਤ ਬਲਕਿ ਸਾਡੇ ਸਾਰਿਆਂ ਦੀ ਪਸੰਦੀਦਾ ਸ਼ਖਸੀਅਤ ਔਰ ਸਰਮਾਇਆ ਮਿਲਤ ਜਾਫਰੀਆ ਬਾਬਾ ਰਿਆਜ਼ ਹੁਸੈਨ ਰਿਜ਼ਵੀ ਸ਼ਾਹ ਸਾਹਿਬ ਤਸ਼ਰੀਫ ਫਰਮਾ ਹਨ ਉਹਨਾਂ ਦੀ ਆਮਦ ਤੇ ਬਾਬਾ ਦੇ ਬੁਲੰਦ ਸਲਵਾਤ ਪੜੋ ਜੀ ਇਜਾਜ਼ਤ ਹੈ ਜੀ ਫਰਦੇਸਾਨੀ ਮੁਕੰਮਲ ਦੁਨੀਆ ਮੈਂ ਰਨ ਮਾਵਾ ਦੀ ਦਾਰੈਨ ਦੇ ਸਰਬਾਰਾਨ شبیر پہ فتوے اور اس پہ شفاعت کا طلبگار بھی تو ہے کیوں اتنا حسد ہے تمہیں شبیر کے غم سے صاحب تیری شارگ میں امیہ کا لہو ہے کیا بات ہے بھائی کیا بات ہے بڑی نسل دی خیر ہوئے بھائی بسم اللہ کرے ہاتھ امام حسین بادشاہ دے روزے نال ماں سمجھ دے تے ایں واسطے اٹھے رہے ਆਜ਼ਾਦਾਰੀ ਦਾ ਦੁਸ਼ਮਣ ਹੈ ਜਿਹੜਾ ਜਲੂਸ ਰੋਕਦੇ ਜਿਹੜਾ ਹੁਸੈਨੀਅਤ ਦਾ ਦੁਸ਼ਮਣ ਹੈ ਮਿੰਬਰ ਹੁਸੈਨ ਤੇ ਖੜ ਕੇ ਚਾਰ ਸਤਰਾਂ ਚ ਗੱਲ ਕਰਨ ਲੱਗਾ ਸ਼ਹੀਦ ਮਿਲਤ ਮੋਹਸਨ ਨਕਵੀ ਸਾਲ ਮੋਹਸਨ ਨਕਵੀ ਸ਼ਹੀਦ ਦੀਆਂ ਚਾਰ ਸਤਰਾਂ ਯਾਦ ਆ ਗਈਆਂ ਜਿਹੜਾ ਆਜ਼ਾਦਾਰੀ ਦਾ ਦੁਸ਼ਮਣ ਹੈ ਜਿਹੜਾ ਜ਼ਿਕਰ ਸ਼ਬੀਰ ਦਾ ਦੁਸ਼ਮਣ ਹੈ ਉਹਦੇ ਨਾਲ ਗੱਲ ਕਰਨ ਲੱਗਾ ਪੂਰੀ ਤਵੱਜੋ ਤੇਰੇ ਦਿਲ ਮੇ ਕੈਸੀ ਗਿਰਾ ਪੜੀ ਤੁਝੇ ਉਸੇ ਇਤਨਾ ਹਸਦ ਹੈ ਕਿਉਂ ਤੇਰੇ ਦਿਲ ਮੇ ਕੈਸੀ ਗਿਰਾ ਪੜੀ ਤੁਝੇ ਉਸੇ ਇਤਨਾ ਹਸਦ ਹੈ ਕਿਉਂ ਜੋ ਨਬੀ ਕੀ ਆਂਖ ਨੂਰ ਹੈ ਜੋ ਅਲੀ ਕੀ ਰੂਹ ਕਾ ਚੈਨ ਹੈ ਜ਼ਰਾ ਦੇਖੀ ਆਪਣੇ ਖਮੀਰ ਮੇ ਜ਼ਰਾ ਪੂਛ ਆਪਣੇ ਜ਼ਮੀਰ ਸੇ ਵੋ ਜੋ ਮਿਟ ਗਿਆ ਵੋ ਯਜ਼ੀਦ ਥਾ ਜੋ ਨਾ ਮਿਟ ਸਕਾ ਵੋ ਹੁਸੈਨ ਹੈ ہر فنا نو جزید آکھے دے ہر بقا نو حسین آکھے دے بسم اللہ کرا ਜ਼ਿੰਦਗੀਆਂ ਹੋਵੇ ਬਿਸਮਿਲਾ ਕਰਾ ਜੀ ਤੁਹਾਡੀ ਜ਼ਿੰਦਗੀਆਂ ਹੋਵੇ ਜੀ ਬਿਸਮਿਲਾ ਕਰਾ ਤੁਹਾਡੀ ਖੈਰ ਹੋ ਜਾਵੇ ਬਿਸਮਿਲਾ ਕਰਾ ਨੌ ਮੁਹਰਮ ਨੂੰ ਹੁਣ ਬਾਤ ਮਸਹਿਬ ਦੀ ਹੈ ਲੇਕਿਨ ਫਜ਼ੈਲ ਦੇ ਅੰਦਾਜ਼ ਵਿੱਚ ਕਰਨ ਲੱਗਾ ਫਿਰ ਲੁਤਫ ਲੈਣਾ ਉਮਰ ਇਬਨ ਸਾਦ ਨੇ ਜਦਾਂ ਇਮਾਮ ਹੁਸੈਨ ਬਾਦਸ਼ਾਹ ਦੇ ਖੇਮੇ 'ਚ ਤੀਰ ਚਲਵਾਇਆ ਨਾ ਅਤੇ ਅਬਾਸ ਮੌਲਾ ਨੇ ਇੱਕ ਹਮਲੇ ਵਿੱਚ ਫੌਜਾਂ ਨੂੰ ਪਿੱਛਾ ਹਟਾਇਆ امام حسین بادشاہ نے فرمایا عباس میں تن حکم دے رہا ایک حملے فوجوں کو پیچھے ہٹا جڑے میں نہیں جان دے انہوں نے میرا تعارف کرا نالے نے اپنا تعارف کرا نالے جڑے آئے کھلوتے نے انہاں اپنی نسلاں دے تعارف کرا آئے ہائے جناب عباس نے حملے فوجوں کو پیچھے ہٹایا تے دیکھ کے فرمائیں دین جین دے مقابلے تو سائے کھلوتے ہو پتہ کون ہے اے نواسے رسول ہے اے مورے نبوت دا سوار حسین ہے عمر ابن سعد جلدی دے نال درمیان اچ گل اچ ہائے لو ڈے کیا دے عباس ਅੱਜ ਤੁਹਾਡੀ ਜ਼ਿੰਦਗੀ ਦੀ ਆਖਰੀ ਰਾਤ ਹੈ ਕੱਲ੍ਹ ਸਾਡੀ ਫਤਿਹ ਹੋ ਸੀ ਤੁਹਾਡੀ ਸ਼ਿਕਸਤ ਹੋ ਸੀ ਅਲੀ ਦਾ ਪੁੱਤਰ ਡੇ ਕਿਆ ਦੇ ਉਹ ਕਿਵੇਂ ਡੇ ਕਿਆ ਦੇ 9 ਲੱਖ ਦੇ ਮੁਕਾਬਲੇ 72 ਦਾ ਜੋੜ ਜੋ ਕੋਈ ਨਹੀਂ ਅੱਬਾ ਡੇ ਕੇ ਫਰਮਾਇਆ ਤੂੰ ਇਸ 9 ਲੱਖ ਦੀ ਮੈਂ ਅੱਬਾਸ ਨਾਲ ਗੱਲ ਕਰਦਾ ਸਰ ਜਾਵਣਾ ਸਰ ਜਾਵਣਾ ਤੁਹਾਡੀ ਜ਼ਿੰਦਗੀ ਦਰਾ ਦੋਵੇ ਇਹ 9 ਲੱਖ ਹੈ ਭਾਵੇਂ 9 ਜ਼ਮਾਨੇ ਹੋਵੇ ਅੱਬਾਸ ਦੀ ਤੱਕ ਨਹੀਂ ਭੁੱਲ ਲੈ ਨਾਲੇ ਜਿਹੜੇ 9 ਲੱਖ ਦੀ ਤੂੰ ਮੈਂ ਅੱਬਾਸ ਨਾਲ ਗੱਲ ਕਰ ਰਿਹਾ
جدے اتے تینوں ناز آ انہاں دے تعارف میں عباس تینوں کراواں جے کیڈے وڈے جنگجو ہیں جناب عباس عمر ابن سعد دے پچھڑے کے دے گو دے نال سن لے اے من دا جو لکھا دیتا دا اے من دا سنی دیتا دا دے ہو پرو حد فراراں دی اولاد ہو کیا بات ہے دنیا میں آباد و سلامت رہو لو جڑے حلقے دے ماتی بھی بیٹھے ہوں سر جامنا جناب عباس دا جواب سننا پھر رات بستر تے شیر دا لطف لینا جناب ابا ڈے کے فرمائیں دے نو کمینا تو کیا سمجھدا پے جو کل جنگ مک جانی ہے ڈے کیا دے عباس میں آخریا کل جنگ مک جاسی علی دا پتر ڈے کیا دے میں عباس تینوں پیا دا میری جنگ کل تو شروع ہو کے قیامت تک تیری آون والی ہر نسل نہ رانی ہے آئے ہائے ہائے زندگی اعتراض ہوئے اے حیران ہوئے بخلا گئے پریشان ہو گئے دیکھ کے دے عباس او کیویں سرکار فرمائیں دے نا میرے قریبا میں سمجھاواں اے قریبا اے سرکار با دیکھ کے فرمائیں دے غور دے نال سن لے چھوڑے ماتم کنے یوں بھی ڈر جان گے چھوڑے ماتم سننا سننا ڈر جان گے میرے المانو ویکھن گے مر جان گے بولو بولو الگ اٹھاوڑ والا ہاتھ ضرور بلند ہوئے بھائی سلامت رہو سرکار وفا عمر ابن سعد پاس ڈے کیا دن غور دنال سن لے چورے ماتم کنے اب بھی ڈر جان گے چورے ماتم کنے اب بھی ڈر جان گے میرے المانو ویکھن گے مر جان گے سلامت رکھے ماں حسین دی تواڈے تے راضی ہوئے میرے بعد میرے نہایت ہی واجب الاحترام تشریف فرمائے انہوں نے زیادہ انتظار نہیں کرویندا ایک جملہ مصیب دا جڑے زہرا دی ادھیاں نوں پرسر ڈے بنائے بیٹھے ہو بے موسمیاں لٹیاں علی شہنشاہ دی شریف دیاں مینوں ممبر دی قسم اللہ دے دین دی خاطر ان کے نبی دے پتر نہیں رلے جویں علی شہنشاہ دی دھیاں رل گئی کبیرہ کبیرہ گناہ معاف ہوویں دن مظلوم دے غم وچ رون نال میں کدی نہیں آکھے جو آزادار دی اک دم ضامن نہ نہیں اصغر بلوچ ضامن نہیں بابا ریاض شاہ ضامن نہیں ضامن او بھیڑ ہے جنوں نو سکے بیراواں دی لاشا دے مسلماناں ہک ویڑ دی اجازت دتی ہے بسم اللہ کرا کوشش کریں جو دل قبر حسین اگر اس دل چ حسین وس دے تو پھر تیری اکھ چ ضرور ہنجا جاسی میں کتاب خلاصۃ المصائب وچ پڑھیا امام صادق دا فرمان ہے کہ تیری اکھ چ اتنی ہنج آ جاوے جو مچھر دا پر تیری ہنج دے نال تر ہو جاوے تیرے اتنے دوزخ دی باہ حرام ہے پھر آپ سوچ جو مظلوم نو رومنا کتنی عظیم عبادت ہے میں کوشش کریں نا جو شام دی مسافر سین کلو تیرے حصے دی ہنج پندا ایک میں بین پڑھدا تاکہ ہر اکھ دی عبادت ہو جاوے تیرا میرا ذریعہ نجات بن جاوے پڑھدا پیا ڈٹھی بھیڑ کثیر ڈٹھی بھیڑ کثیر بس یار جڑا بندہ رو نہیں سکتا
ਪਹਿਲਾ ਕਦਮ ਬਾਜ਼ਾਰ ਚ ਰੱਖਿਆ ਆਲੀਆ ਨਾ ਵੀਰ ਅੱਬਾ ਜਿਹੜੇ 1400 ਸਾਲ ਤੂੰ ਲੈ ਕੇ ਅੱਜ ਤੱਕ ਇੰਜ ਰੋਂਦੇ ਵਧੇ ਨੇ ਜਿਵੇਂ ਕੱਲ ਕਰ ਬਲਾ ਗੁਜ਼ਰੀਏ ਮੁੱਕ ਗਿਆ ਬਾਜ਼ਾਰ ਜਿਹੜੇ ਬੰਦੇ ਹਾਏ ਨਹੀਂ ਕੀਤੀ ਮੈਨੂੰ ਇਨਸਾਫ ਨਾਲ ਦੱਸੋ ਮੇਰੀ ਸਹਿਣ ਸੌਖੀ ਗੁਜ਼ਰੀਏ ਬਾਜ਼ਾਰ 'ਚੋਂ ਬੋਲੋ ਮੇਰੇ ਨਾਲ ਮੈਨੂੰ ਮੈਂਬਰ ਦੀ ਕਿਸਮ ਹੈ ਬਾਜ਼ਾਰ ਦੀ ਕੋਈ ਕੋਈ ਜਾ ਹੀ ਉਹ ਜਿਹੀ ਆਵੇ ਦੀ ਆਈ ਜਿੱਥੇ ਮੇਰੀ ਸਹਿਣ ਨੂੰ ਇੰਝ ਟੁਰਨਾ ਪਿਆ ਜਿਵੇਂ ਹੁਸੈਨ ਬਾਦਸ਼ਾਹ ਅਕਬਰ ਦੀ ਲਾ ਸਦਕੇ ਹੋ ਜਾਵਾਂ ਪਰ ਜਿਹੜਾ ਔਖਾ ਹਾਈ ਅਲੀ ਦੀ ਧੀ ਆਈ ਗੁਜ਼ਰ ਗਈ ਉੱਥੇ ਆ ਖੜੀ ਹੈ ਜਿੱਥੇ ਆਉਣ ਦੇ ਲਾਇਕ ਨਹੀਂ ਨੌ ਘੰਟੇ ਕੈਨਾਤ ਦਾ ਵੱਡਾ ਕਮੀਨਾ ਤਖ਼ਤ ਬਹਿ ਕੇ ਸ਼ਰਾਬ ਪੀਂਦਾ ਰਿਹਾ ਬੱਲੋ ਨੇ ਜਿਹਨਾਂ ਦੀ ਹਾਏ ਨਿਕਲੀਏ ਅਤੇ ਇਸ ਹਾਲਤ 'ਚ ਖੜੀਆਂ ਰਹੀਆਂ ਜ਼ਹਰਾ ਦੀਆਂ ਨੂੰਹਾਂ ਦਿੱਤੀਆਂ ਮੇਰੇ ਕਰੋੜਾ ਸਲਾਮ ਜਨਾਬੇ ਫਿਜ਼ਾ ਤੁਹਾਡੀ ਅਜ਼ਮਤ ਨੂੰ ਬਿਲਖਸੂਸ ਜਿਹੜੇ ਸੈਯਦ ਬੈਠੇ ਹੋ ਨਾ ਜਦੋਂ ਇਸ਼ਾ ਦੀ ਨਮਾਜ਼ ਪੜ੍ਹੀ ਕਰੋ ਅਤੇ ਇੱਕ ਵਾਰੀ ਸ਼ਾਮ ਵਾਲੇ ਪਾਸੇ ਮੂੰਹ ਕਰਕੇ ਜਨਾਬੇ ਫਿਜ਼ਾ ਦਾ ਸ਼ੁਕਰੀਆ ਅਦਾ ਜ਼ਰੂਰ ਕੀਤਾ ਕਰੋ ਕਿ ਉਹ ਮੋਸਨੇ ਸਾਦਾਤ ਹੈ ਜਿਸ ਕਬਰਾਂ ਨਾਲ ਹੀ ਵਫਾ ਕੀਤੀ ਬਿਸਮਿਲਲਾ ਕਰਾ ਦਰਬਾਰੇ ਯਜ਼ੀਦ ਦੇ ਵਿੱਚ ਭਾਵੇਂ 72 ਘੰਟੇ ਦਾ ਨਿਰਵਾਰ ਆਈ ਭਾਵੇਂ 9 ਘੰਟੇ ਦਾ ਨਿਰਵਾਰ ਆਈ ਇਹਨਾਂ 9 ਘੰਟਿਆਂ ਦੇ ਵਿੱਚ ਮੈਨੂੰ ਮੈਂਬਰ ਦੀ ਕਿਸਮ ਹੈ ਹਰ ਬੀਬੀ ਥੱਕ ਕੇ ਕਈ ਵੇਲੇ ਸੱਜਾ ਪੈਰ ਹੀ ਚਾਹਿਆ ਹੈ ਕਈ ਵੇਲੇ ਖੱਬਾ ਪੈਰ ਵੀ ਚਾਹਿਆ ਉਹ ਆਇਆ ਹੀ ਨਹੀਂ ਜਿਹੜਾ ਹਾਏ ਨਹੀਂ ਕਰ ਸਕਿਆ ਇਹਨਾਂ 9 ਘੰਟੇ 'ਚ ਮੈਨੂੰ ਮੈਂਬਰ ਦੀ ਕਿਸਮੇ ਜਨਾਬੇ ਫਿਜ਼ਾ ਪੈਰ ਇਸ ਵਾਸਤੇ ਨਹੀਂ ਚਾਹਿਆ ਬੀਬੀ ਆਦੀ ਆਈ ਹੋ ਸਕਦਾ ਮੈਂ ਪੈਰ ਚਾਚਾ ਮਾਂ ਕਹਿ ਹਰਾਮੀ ਦੀ ਨੇ ਜਸ ਨੇਗਾ ਜ਼ੈਨਬ ਦੇ ਕਤਲ ਸਦਕਿਓ ਜਾਵਾਂ ਸ਼ਹੀਦ ਮਿਲਤ ਅਲਾਮਾ ਨਾਸਿਰ ਅਬਾਸ ਮੁਲਤਾਨ ਵਾਲੇ ਮਾਲਿਕ ਦਰਜਾਤ ਬੁਲੰਦ ਫਰਮਾਵੇ ਲਫ਼ਜ਼ ਉਹਨਾਂ ਦੇ ਮੈਨੂੰ ਯਾਦ ਆ ਗਿਆ ਇਹਨਾਂ ਨੇ ਲਫ਼ਜ਼ ਪੜ੍ਹਿਆ ਹੈ ਉਹ ਲਫ਼ਜ਼ ਪੜ੍ਹ ਕੇ ਖਾਮੋਸ਼ ਹੋ ਗਏ ਹਨ ਅਤੇ ਮਜਲਿਸ ਵਿੱਚ ਗਿਰੀਆ ਜਾਰੀ ਰਿਹਾ ਮੈਂ ਜਿੱਥੇ ਵੀ ਇਹ ਲਫ਼ਜ਼ ਪੜ੍ਹਿਆ ਬੰਦਾ ਰੋ ਨਹੀਂ ਸਕਿਆ ਉਹਨਾਂ ਦੀ ਹਾਏ ਜ਼ਰੂਰ ਨਿਕਲੀਏ ਮੈਂ ਬਰੇ ਮਜਮੇ ਚੁਵੇ ਦਾ ਕੌਣ ਕਿਤਨੀ ਖੈਰਾਤ ਮਸਾਹਿਬ ਦੀ ਪਿੰਨ ਕੇ ਬੈਠੇ ਮੈਂ ਉਹਨਾਂ ਦੀ ਜ਼ੁਬਾਨੀ ਸੁਣਿਆਈ ਅਲਾਮਾ ਨਾਸਿਰ ਅਬਾਸ ਮੁਲਤਾਨ ਵਾਲੇ ਉਹਨਾਂ ਫਰਮਾਇਆ ਅਲੀ ਦੀ ਧੀ ਦੇ 2 ਪਰਦੇ ਆਏ ਜਿਹੜਾ ਆਇਆ ਰੋਵਣ ਬੈਠੇ ਉਹਦੀ ਹਾਏ ਜ਼ਰੂਰ ਨਿਕਲ ਪਏ ਸੀ ਉਹਨਾਂ ਪੜਿਆ ਅਲੀ ਦੀ ਧੀ ਦੇ 2 ਪਰਦੇ ਆਏ ਇੱਕ ਅਮੀਰੀ ਦਾ ਇੱਕ ਗਰੀਬੀ ਦਾ ਉਹਨਾਂ ਪੜਿਆ ਅਮੀਰੀ ਦੇ ਪਰਦੇ ਦਾ ਨਾਂ ਹਾਈ ਅਬਾਸ ਭਲੋਵੇ ਬੜਾ ਹੀ ਅਮੀਰ ਬੰਦਾ ਜਿਹੜਾ ਹਾਏ ਨਹੀਂ ਕਰ ਸਕਿਆ ਬਿਸਮਿਲਲਾ ਕਰਾਂ ਅਮੀਰੀ ਦੇ ਪਰਦੇ ਦਾ ਨਾਂ ਹੈ ਅਬਾਸ ਤੇ ਗੁਰਬਤ ਦੇ ਪਰਦੇ ਦਾ ਨਾਂ ਹੈ ਫਿਜ਼ਾ ਜਦ ਅਮੀਰੀ ਦਾ ਪਰਦਾ ਕਰਬਲਾ ਜਣ ਪਿਆ ਤੇ ਗੁਰਬਤ ਦਾ ਪਰਦਾ ਲੈ ਕੇ ਉੱਥੇ ਆ ਖੜੀ ਜਿੱਥੇ ਆਵਣ ਦੇ ਲਾਇਕ ਨਹੀਂ ਮੈਂ ਹੋਰ ਲਫ਼ਜ਼ ਛੋੜ ਦੇਵਾਂ ਮੈਨੂੰ ਅਹਿਸਾਸ ਹੈ ਕਾਤਿਲ ਇਨਾਮ ਤੂੰ ਰੁਸਦੇ ਰਹੇ ਤ੍ਰੈ ਭੈਣਾਂ ਚੁੱਪ ਕਰਕੇ ਡੇਦੀਆਂ ਰਹੀਆਂ ਜਿੱਦਾਂ ਤ੍ਰੈ ਵਾਰ ਸਿਮਰ ਇਨਾਮ ਜ਼ਮੀਨ ਤੇ ਸਟਿਆ ਤੇ ਤ੍ਰੈ ਭੈਣਾਂ ਚੁੱਪ ਕਰਕੇ ਡਿੱਠੇ ਉਸ ਵੇਲੇ ਯਜ਼ੀਦ ਸ਼ਿਮਰ ਦੇ ਬਸ ਨੇ ਕਿਹਾ ਤੇ ਵਾਰ ਵਾਰ ਇਨਾਮ ਜ਼ਮੀਨ ਤੇ ਸੱਟੇ ਤੈਨੂੰ ਪਤਾ ਨਹੀਂ ਮੇਰੇ ਦੂਰ ਦੂਰ ਤੋਂ ਵਜ਼ੀਰ ਆਏ ਬੈਠੇ ਨੇ ਤੈ ਮੇਰੀ ਤੌਹੀਨ ਕੀਤੀ ਹੈ ਮੈਂ ਦੱਸ ਤਾਂ ਸਹੀ ਕਰਬਲਾ ਚ ਕਿਹੜਾ ਵੱਡਾ ਕੰਮ ਕੀਤਾ ਈ ਤੇ ਜ਼ਾਲਿਮਾ ਦੇ ਤੂੰ ਅਜਾਦ ਹੈ ਮੈਂ ਕਰਬਲਾ ਚ ਕਿਹੜਾ ਵੱਡਾ ਕੰਮ ਕੀਤਾ ਹੈ ਤੈਨੂੰ ਪਤਾ ਨਹੀਂ ਮੈਂ ਤੇਰਾ ਜ਼ਰਬਾ ਨਾਲ ਉਸ ਨੂੰ ਮਾਰਿਆ ਜਿਹਨੂੰ ਕੋਈ ਨਾ ਮਰੇਦਾ ਭਲਾ ਹੋਵੇ ਕੋਸ਼ਿਸ਼ ਕਰੀ ਜਿਹੜਾ ਬੰਦਾ ਰੋਣ ਆਏ ਬੈਠਾ ਤੇ ਕਿਆ ਦੇ ਮੈਂ ਤੇਰਾ ਜ਼ਰਬਾ ਨਾਲ ਉਸ ਨੂੰ ਮਾਰਿਆ ਜਿਹਨੂੰ ਕੋਈ ਨਾ ਮਰੇਂਦਾ ਯਜ਼ੀਦ ਤਖ਼ਤ ਉੱਠਿਆ ਸ਼ਿਮਰ ਦੁੜੇ ਕਿਆ ਦੇ ਬਕਵਾਸ ਬੰਦ ਕਰ ਮੈਂ ਤਾਂ ਇਵੇਂ ਸੁਣਿਆ ਹੁਸੈਨ ਉਹ ਵੇਲੇ ਦਾ ਮਰ ਗਈ ਆਈ ਜਦਾ ਅਕਬਰ ਦੀ ਲਾਜ ਤੇ ਆਇਆ ਸਦਕੇ
ਬਿਸਮਿਲਲਾ ਕਰਾਂ ਦੀਆਂ ਬਤੂਲ ਦੀਆਂ ਤੁਹਾਡੇ ਤੇ ਰਾਜ਼ੀ ਹੋਵੇ ਡੇ ਕਿਆ ਦੇ ਗੱਲ ਠੀਕ ਹੈ ਲੇਕਿਨ ਤੈਨੂੰ ਪਤਾ ਨਹੀਂ ਤੇਰੇ ਅੱਠ ਕਾਤਲ ਵੱਲ ਗਏ ਹਨ ਉੱਥੇ ਮਾਰਨ ਦੀ ਜ਼ਰੂਰਤ ਕੋਈ ਨਹੀਂ ਕਰੇਂਦਾ ਉਸ ਵੇਲੇ ਯਜ਼ੀਦ ਜ਼ਿਮਰ ਦੇ ਡੇ ਕਿਆ ਦੇ ਵੱਧ ਭਰੇ ਦਰਬਾਰ 'ਚ ਕੋਈ ਮੌਕੇ ਦੇ ਗਵਾਹ ਪੇਸ਼ ਕਰ ਸਕਦੇ ਹੈ ਆ ਜਿਹਨਾਂ ਦੀਆਂ ਭੈਣਾਂ ਜਾਂ ਧੀਆਂ ਸਰ ਜਾਵੇਂ ਤਮੀਦ ਆਖਰੀ ਲਫ਼ਜ਼ ਤੇ ਮੈਂ ਸ਼ੁਰੂ ਕਰ ਕਰੇ ਨਾ ਇਹ ਡੇ ਕਿਆ ਦੇ ਦੋ ਐਸੇ ਗਵਾਹ ਪੇਸ਼ ਕਰਾਂ ਜਿਨ੍ਹਾਂ ਨੂੰ ਤੇਰੇ ਭਰੇ ਦਰਬਾਰ 'ਚ ਕੋਈ ਰੱਦ ਨਾ ਕਰ ਸਕੇ ਇਹ ਹੈਰਾਨ ਹੋ ਕੇ ਆਦਾ ਕਿਹੜੇ ਗਵਾਹ ਯਕੀਨਨ ਤੇਰੀ ਹਾਏ ਨਿਕਲ ਜਾ ਸੀ ਆਦਾ ਕਿਹੜੇ ਗਵਾਹ ਜ਼ਾਲਿਮ ਆਦੇ ਤੋਂ ਮੌਕੇ ਦੇ ਗਵਾਹ ਹੈ ਨਾ ਹੱਥ ਇਸ਼ਾਰਾ ਕਰਕੇ ਆਦਾ ਹੈ ਇੱਕ ਭੈਣੇ ਭਲਾ ਹੋਵੇ ਜਿਹਨਾਂ ਦੀ ਹਾਏ ਨਿਕਲੀ ਹੈ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਮਾ ਹੁਸੈਨ ਦੀ ਤੁਹਾਡੀ ਹਾਏ ਕਬੂਲ ਫਰਮਾਵੇ ਦੇ ਗਿਆ ਦਾ ਇੱਕ ਭੈਣੇ ਦੂਜੀ ਧੀ ਆਦੇ ਉਹ ਕਿਵੇਂ ਜ਼ਾਲਿਮ ਆਦੇ ਜਦੋਂ ਮੈਂ ਹੁਸੈਨ ਬਾਦਸ਼ਾਹ ਦੀਆਂ ਜ਼ੁਲਫਾਂ 'ਚ ਹੱਥ ਪਾਇਆ ਹੀ ਨਾ ਆਦੇ 70 ਕਦਮ ਦੇ ਫਾਸਲੇ ਤੇ ਭੈਣ ਕੁਰਾਨ ਲਿਖੈਂਦੀ ਆਈ ਸਦਕੇ ਸਦਕੇ ਦੀ ਖੰਜਰ 'ਚ ਹੱਥ ਪੈਂਦੀ ਆਈ ਹੱਥ ਪਾ ਕੇ ਆਦੀ ਆਈ ਜ਼ਾਲਿਮ ਨਾ ਮਾਰ ਮੈਂ ਉਜੜੀ ਦਾ ਤੱਸਾ ਬਾਬਾ ਤੇ ਹੈਰਾਨ ਹੋ ਕੇ ਆਦੇ ਕਿਆ ਉਹ ਭੈਣ ਤੇ ਧੀ ਅਜੇ ਜੀਂਦੀਆਂ ਵਧੀਆਂ ਨੇ ਆਦੇ ਹਾ ਕਹਿਦੀ ਕਰਕੇ ਮੈਂ ਤੇਰੇ ਦਰਬਾਰ 'ਚ ਖਿੰਨਾ ਆ ਕਿ ਖੜੀਆਂ ਹੱਦ ਇਸ਼ਾਰਾ ਕਰਕੇ ਆਦੇ ਜਿਹੜੀ ਧੀਏ ਉਹ ਫਿਰਾ ਦੇ ਨਾਲ ਰੱਸੀਆਂ ਪਾਈ ਖੜੀ ਹੈ ਜਿਹੜੀ ਭੈਣੇ ਉਹ ਜਿਹੜੀ ਜ਼ੈਫਾ ਖੜੀਏ ਉਹਦੀ ਕੰਨ ਦਾ ਓਲਾ ਬਣਾ ਕੇ ਖੜੀਏ ਇਹ ਜ਼ਾਲਿਮ ਆਦੇ ਮੇਰੇ ਦਰਬਾਰ 'ਚ ਕੋਈ ਪਰਦਿਆਂ ਦੀ ਲੋੜ ਤੱਕ ਆਈ ਨਹੀਂ ਇਹ ਜ਼ਾਲਿਮ ਆਦੇ ਵਹੀ ਜ਼ੈਫਾ ਹਟਾ ਆਲੀਆ ਮੇਰੇ ਸਾਹਮਣੇ ਲਿਆ ਆਦਾ ਮੈਂ ਦੇਖਣਾ ਜਿਹੜੀ ਮਾਂ ਦੇ ਉਹ ਲਿਖਣ ਕੇ ਪਿਓ ਤੂੰ ਮਸਲੇ ਪੁੱਛਦੀ ਆਈ ਉਹ ਜ਼ੈਨਬ ਕਿਹੜੀ ਏ ਮੈਨੂੰ ਮਿੰਬਰ ਦੀ ਕਸਮ ਇਹਨੂੰ ਸ਼ਮਰ ਬਗੈਰਾ ਦੁਰਾਏ ਨੂੰ ਫਿਜ਼ਾ ਅਸਮਾਨ ਦੇ ਪਾਸੇ ਮੂੰਹ ਕੀਤਾ ਆਸਮਾਨ ਦੇ ਪਾਸੇ ਮੂੰਹ ਕਰ ਗਿਆ ਦੀਏ ਮੈਂ ਡਾਲਾ ਭਲੋਵੇ ਹਾਏ ਕਰ ਛੋੜੀ ਜਿਹੜਾ ਰੋਣਾ ਹੈ ਬੇਟੇ ਆਵਾਜ਼ ਆਈ ਹੈ ਮੈਂ ਡਾਲਾ ਯਾ ਜਿਤਲੀ ਤਾਕਤ ਮੈਂ ਜ਼ਹਰਾ ਦੀ ਧੀ ਦਾ ਪਰਦਾ ਬਣ ਵਜਾ ਆਵਾਜ਼ ਆਈ ਹੈ ਮੈਂ ਡਾਲਾ ਮੈਂ ਤਾਂ ਜ਼ਿੰਦਗੀ ਵੀਡੀ ਵਾਸਤੇ ਮੰਗੀ ਆਈ ਮੇਰੀ ਕੜ ਪਿੱਛੇ ਉਹ ਖੜੀ ਹੈ ਜਿਹੜੀ ਬਾਬੇ ਨਾਲ ਕਦਾ ਨਹੀਂ ਬੋਲੀ ਸਦਕੇ 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 ਬਿਸਮਿਲਾ ਕਰਾਂ ਜਦਾ ਸਿਮਰ ਬੇਗੈਰਤ ਕਰੀਬ ਆਏ ਦੇ ਕਿਆ ਦੇ ਜ਼ੈਫਾ ਮਰ ਵੈਸੇ ਹਟਵਾਜ ਬੀਬੀ ਆਦੀ ਮਰ ਵੈਸਾ ਜ਼ਹਰਾ ਦੀ ਧੀ ਦਾ ਪਰਦਾ ਨਾ ਛੁੜੇ ਸਾ ਮੈਨੂੰ ਮਿੰਬਰ ਦੀ ਕਸਮ ਇਸ ਜਾਗਾ ਲਿਆ ਵੇ ਜਨਾਬੇ ਫਿਜ਼ਾ ਦੇ ਹੱਥਾਂ ਤੇ ਤਾਜ਼ੀਆਂ ਨੇ ਮਾਰਨੇ ਸ਼ੁਰੂ ਕੀਤੇ ਉਹਨਾਂ ਹੱਥਾਂ ਤੇ ਤਾਜ਼ੀਆਂ ਨੇ ਲੱਗਦੇ ਰਹੇ ਜਿਹੜਾ ਹੱਥਾਂ ਨਾਲ ਬਥੂਲ ਦੇ ਘਰ ਦੀਆਂ ਚੱਕੀਆਂ ਪੀਂਦੀਆਂ ਉਹਨਾਂ ਹੱਥਾਂ ਤੇ ਦਾਦੀਆਂ ਨੇ ਲੱਗਦੇ ਰਹੇ ਜਿਹਨਾਂ ਹੱਥਾਂ ਨਾਲ ਸੁਨੈਣ ਦੇ ਪੀਕੇ ਦੀਆਂ ਡੋਰੀਆਂ ਲੈ ਸਦਕੇ 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 ਬਿਸਮਿਲਾ ਕਰਾਂ ਜਦਾ ਜ਼ੁਲਮ ਦਾਦੀਆਨਾ ਜਨਾਬੇ ਫਿਜ਼ਾ ਦੇ ਹੱਥਾਂ ਤੇ ਲੱਗੇ ਤੇ ਕਤਰੇ ਖੂਨ ਦੇ ਆਲੀਆ ਸੈਣ ਦੇ ਚਿਹਰੇ ਤੇ ਡਿੱਠੇ ਨਾ ਉਹ ਜਵਾਨਾ ਉਸ ਵੇਲੇ ਕਣ ਪਿੱਛੋਂ ਆਵਾਜ਼ ਆਈ ਹੈ ਅੰਮਾ ਮੈਂ ਰਾਜ਼ੀ ਆ ਹਟਵਾਂ ਬੀਬੀ ਰੋ ਕੇ ਆਦੀ ਹੈ ਸਦੇ ਦੀ ਮਾਏ ਦਵਾ ਦਾਦੀ ਹਟਵਾਂ ਬੀਬੀ ਵੈਣ ਕਰਕੇ ਆਦੀ ਹੈ ਉੱਚਾ ਨਾ ਬੋਲ ਕੇ ਸ਼ਰਾਬੀ ਸ਼ਰਾਬ ਰੋਣ ਨਹੀਂ ਆਉਂਦਾ ਵੈਣ ਕਰਕੇ ਰੋਣਾ ਹਸਰਤ ਅਲੀ ਦੀ ਅਧੀਆਂ ਦੀ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਧੀਆਂ ਬਤੂਲ ਦੀਆਂ ਤੁਹਾਡੇ ਤੇਰਾ ਜਿਹੜਾ ਬੰਦਾ ਸ਼ਰਮਾ ਕੇ ਰੋਂਦਾ ਬੈਠੇ ਹੁੰਦਾ ਆਪਣਾ ਮੁਕੱਦਰ ਦਾਈ ਦੀ ਆਵਾਜ਼ ਆਉਂਦੀ ਹੈ ਉੱਚਾ ਨਾ ਬੋਲ ਕੇ ਸ਼ਰਾਬੀ ਸ਼ਰਾਬ ਬੈਠੇ ਪੀਂਦੇ ਨਾ ਪੂਰੇ ਦਰਬਾਰ 'ਚ ਹਰ ਕੋਈ ਖਾਮੋਸ਼ ਆ ਸੱਜੇ ਪਾਸੋਂ ਸਫੀਰੇ ਰੂਮ ਉੱਠੀਏ ਇਸ ਜ਼ਾਲਿਮ ਦੇ ਪਾਸੜੇ ਕਿਆ ਦੇ ਖਬਰਦਾਰ ਜ਼ੈਫਾ ਤੂੰ ਜ਼ੁਲਮ ਹਟਾ ਇਸ ਜ਼ਾਲਿਮ ਨੇ ਸਾਰਾ ਕੀਤਾ ਹੈ ਬੇਗੈਰਤ ਵਾਪਸ ਦੀਏ ਉਸ ਵੇਲੇ ਸਫੀਰੇ ਰੂਮ ਆ ਦੇ ਉਹ ਜ਼ਾਲਿਮ ਆਓ ਮੈਨੂੰ ਇਹ ਤਾਂ ਦੱਸਾ ਕੌਣ ਮਰਾਈ ਏ ਜ਼ਾਲਿਮਾ ਦੇ ਬਾਗੀਆ ਆਦੇ ਕਿੱਥੋਂ ਦਾ ਏ ਜ਼ਾਲਿਮਾ ਦੇ ਮਦੀਨੇ ਦਾ ਉਸ ਵੇਲੇ ਸਫੀਰੇ ਰੂਮ ਆਦੇ ਮੈਨੂੰ ਇਹ ਦੱਸਾ ਇਹਦਾ ਨਾਮ ਕਿਆ ਏ ਜ਼ਾਲਿਮ ਨੇ ਕਿਹਾ ਇਹਦਾ ਨਾਮ ਤਾਂ ਹੁਸੈਨ ਆ ਲਫ਼ਜ਼ ਹੁਸੈਨ ਆ ਸਫੀਰੇ ਰੂਮ ਹੱਦਵਾ ਉਹਦੇ ਬੁਲੰਦ ਕੀਤੇ ਨਾ ਹੱਦਵਾ ਉਹਦੇ ਬੁਲੰਦ ਕਰਕੇ ਆਦੇ ਮੈਂ ਡਾਲਾ ਸਦਕੇ ਸਦਕੇ ਆਦੇ ਮੇਰਾ ਲਾਓ ਸ਼ਾਲਾ ਹੋਵੇ ਆਦਿਆ
ਵਿੱਚ ਮਰਾਈ ਉਸ ਵੇਲੇ ਜ਼ਾਲਿਮਾਂ ਦੇ ਹੁਸੈਨ ਨਮਾਜ਼ ਨਹੀਂ ਪੜਦਾ ਜਦਾ ਕਿਸ ਨਮਾਜ਼ ਨਹੀਂ ਪੜਦਾ ਕਣ ਪਿੱਛੋਂ ਆਵਾਜ਼ ਆਈ ਹੈ ਅੰਮਾ ਹੁਣ ਹਟਵਾਂ ਜਾ ਅੰਮਾ ਮੇਰੀ ਮਾਂ ਦਾ ਮੁਬਾਲਾ ਫੇ ਲੁਕਦਾ ਹੈ ਮੇਰੇ ਬਾਬੇ ਅਲੀ ਦਾ ਗਦੀਰ ਹਾਥ ਅੰਮਾ ਮੇਰੇ ਫਿਰਾਉ ਦੀ ਤੇਰਾ ਜ਼ਰਬਾ ਮੇਰੇ ਨਾਨੇ ਮੁਹੰਮਦ ਦੀ ਮਿਹਨਤ ਤੇਰਾ ਸੀ ਹੈ ਜਿਹੜਾ ਜਾ ਮਜਲੇ ਸੱਜੇ ਤੇ ਹਾਏ ਨੀ ਕਰ ਸਕਿਆ ਸਰ ਜਾਵੇ ਅਲੀ ਦੀ ਧੀ ਚਾਰ ਖੱਡਾ ਮਿਸ ਬੇਗੈਰਾ ਦੇ ਪਾਸੇ ਡੁਰੀਏ ਅਕਲ ਮਾਰ ਗਿਆ ਦੀ ਖਬਰਦਾਰ ਮੇਰਾ ਬਾਵੀ ਨਾ ਮੈਨੂੰ ਮਿੰਬਰ ਦੀ ਗੱਲ ਸਮੇਂ ਜਡਾਲੀ ਦੀ ਧੀ ਪਿਓ ਦੇ ਲਹਿਜੇ ਚ ਬੋਲੀਏ ਉਸ ਵੇਲੇ ਸਫੀਰ ਨੇ ਮੂੰਹ ਤੇ ਮਾਤਮ ਕਰਨਾ ਸ਼ੁਰੂ ਕੀਤਾ ਹੈ ਨਾਲ ਵਾਲਾ ਸਫੀਰਾ ਦਾ ਯਾਰ ਰੋਂਦਾ ਹੈ ਮੈਨੂੰ ਵਜ੍ਹਾ ਨਹੀਂ ਦੱਸਦਾ ਅਕਲ ਮਾਰ ਗਿਆ ਦਾ ਯਾਰ ਬੀਬੀ ਵੇ ਪੈ ਡੁਰਦੀ ਹੈ ਜਿਵੇਂ ਮੋਬਾਲੇ ਚ ਸਹਾਰਾ ਸਦਕੇ 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 ਜਿਹੜਾ ਹੱਥ ਹੈ ਤੇ ਸੀਨੇ ਤੇ ਕਿਉਂ ਨਹੀਂ ਆਇਆ ਯਾਰ ਲਗਰਾ ਦੀ ਅਲੀ ਦੀ ਰਾਧੀ ਹੋਵੇ ਨਾ ਦੇ ਗਿਆ ਦੇ ਯਾਰ ਬੀਬੀ ਵੇ ਪੈ ਟੁਰਦੀ ਹੈ ਜਿਵੇਂ ਮੋਬਾਈਲ ਚ ਸਹਾਰਾ ਟੁਰੀ ਆਈ ਆ ਅਰ ਉਹ ਗਿਆ ਦੇ ਬੀਬੀ ਤੂੰ ਸਾਬਤ ਕਰ ਮੈਂ ਤੇਰੇ ਨਾਲ ਮੇਰੀ ਸੈਣ ਦੀ ਆਵਾਜ਼ ਆਈਏ ਮੈਂ ਤੇਰੀ ਜੰਨਤ ਦੀ ਨਾਮੇ ਨਾ ਜੰਨਤ ਦਾ ਨਾਮ ਆਏ ਸਫੀਰ ਮੂੰਹ ਤੇ ਮਾਤਮ ਕੀਤਾ ਹੈ ਮੂੰਹ ਤੇ ਮਾਤਮ ਕਰ ਗਿਆ ਤੇ ਤੂੰ ਜੋ ਜੰਨਤ ਦਿੰਦੀ ਹੈ ਤੇਰੀ ਮਾਂ ਕੋਈ ਫਾਤਮਾ ਆਯੋ ਸਾਰਾ ਹੈ ਯਾ ਤੂੰ ਖਾਤੂਨ ਦੀ ਧੀਏ ਅਰੋ ਕਿਆ ਦੇ ਜਿਹੜੀ ਉਹ ਜਿਹੜੀ ਗਈ ਉਜੜੇ ਮੋਮਿਨੀਨ ਰੋਤੀ ਹੋਈਆਂ ਕਿਸੇ ਦੁਆ ਮੰਗੀਆਂ ਕਿ ਬਾਬੇ ਕਾਲੇ ਨੂੰ ਹੋਰ ਜਿਤਨੇ ਬਿਮਾਰ ਮੋਮਿਨੀਨ ਬਿਲਕਸੂਸ ਇੱਕ ਭਾਈ ਬੈਠਕ ਦੇ ਵਿੱਚ ਦੁਆ ਉਹਨਾਂ ਦੀ ਵਾਲਦਾ ਬਹੁਤ ਜ਼ਿਆਦਾ ਬਿਮਾਰ ਹੈ ਤਿੰਨ ਚਾਰ ਸਾਲ ਤੋਂ ਬਿਸਤਰ ਬਿਮਾਰੀ ਅਤੇ ਦੁਆ ਮੰਗੋ ਜਿਤਨੇ ਬਿਮਾਰ ਹਨ ਤਾਰੇ ਗਿਲ ਸਾਹਿਬ ਰਾਜਾ ਮਦਰ ਸਾਹਿਬ ਹੋਰ ਵੀ ਜਿਤਨੇ ਆਜ਼ਾਦ ਅਰਮਾਦਮੀ ਬਿਮਾਰ ਹਨ ਮਾਲਿਕ ਸਾਹਿਬ ਨੂੰ ਸ਼ਫਾਏ ਕਾਮਲਾ ਅਜਲਾ ਤਾ ਫਰਮਾ ਪੰਜ ਰਬੀਉਲ ਅਵਲ